ਜਸਵਿੰਦਰ ਸਿੰਘ ਮੇਰਾ ਫਰੈਂਡ ਹੈ ਜੀ, ਇਹਦੇ ਮਾਮਾ ਜੀ ਦਾ ਬੇਟਾ ਸੀ ਇਹ, ਲਵਜੋਤ ਸਿੰਘ ਨਾਮ ਹੈ ਇਹਦਾ। ਚਲੋ ਮਾੜੀ ਸੰਗਤ ਪਿਆ ਸੀ ਜੀ, ਬਾਕੀ ਇਹ ਵੀ ਸਾਰਾ ਪਤਾ ਹੀ ਆ, ਪਹਿਲੀਆਂ ਸਰਕਾਰਾਂ 'ਚ ਇਹੋ ਹਾਲਾਤ ਰਹੇ ਨਸ਼ੇ ਦੇ, ਹੁਣ ਵੀ ਇੱਦਾਂ ਹੀ ਚੱਲਦਾ ਆ ਰਿਹਾ ਜੀ। ਹੁਣ ਔਖਾ ਤਾਂ ਮਾਂ ਬਾਪ ਵਾਸਤੇ ਤਾਂ ਸਰਕਾਰਾਂ ਨੂੰ ਚਾਹੀਦਾ ਕੁਝ ਇਹਦੇ ਬਾਰੇ ਸੋਚਣ, ਜਿਵੇਂ ਹੋਰ ਮੁੱਦਿਆਂ 'ਤੇ ਇੰਨਾ ਸਿਕੰਜਾ ਕੱਸਿਆ ਜਾ ਸਕਦਾ, ਜਿਵੇਂ ਅੰਮ੍ਰਿਤਪਾਲ ਬਾਰੇ ਜਿਹੜਾ ਸਿਕੰਜਾ ਇੰਨਾ ਕੱਸਿਆ ਜਾ ਸਕਦਾ, ਨਸ਼ਿਆਂ ਦੇ ਖਿਲਾਫ਼ ਕਿਉਂ ਨਹੀਂ ਕੱਸਿਆ ਜਾ ਰਿਹਾ। ਇਹ ਸਰਕਾਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ, ਨਸ਼ਿਆਂ ਦੇ ਖਿਲਾਫ਼ ਜੋ ਵੀ ਬਣਦੀ ਕਾਰਵਾਈ ਹੈ ਕੀਤੀ ਜਾਵੇ। ਚੋਲ ਸਿੰਘ ਪਿੰਡ ਘੁਮਾਨ ਤੋਂ ਜੀ, ਮੇਰਾ ਬੇਟਾ ਹੀ ਨਸ਼ਿਆਂ ਦਾ ਆਦੀ ਸੀ, ਅੱਜ ਵੇਖੋ ਜੀ ਜੁੜ ਗਿਆ, ਮੇਰਾ ਘਰ ਹੀ ਜੁੜ ਗਿਆ ਵਾ। ਸਰਕਾਰਾਂ ਨੂੰ ਬੜੀ ਬੇਨਤੀ ਕੀਤੀ, MLA ਸਾਹਿਬ ਦੇ ਗਲੀ ਵੀ ਹੱਥ ਪੱਲਾ ਜੋੜਿਆ ਸੀ, ਪਰ ਕੋਈ ਕਾਰਵਾਈ ਨਹੀਂ ਇਹਨਾਂ ਕੀਤੀ, ਨਾ ਕੋਈ ਉੱਥੇ ਇਹਨਾਂ ਲਾਇਆ, ਕੋਈ ਰੋਗ ਹੀ ਲਾਈ ਇੱਥੇ। ਹੋਰ ਮੇਰਾ ਨਵਜੋਤ ਸਿੰਘ, ਉਮਰ 22 ਸਾਲ ਜੀ। ਤੁਹਾਨੂੰ ਕਿੱਦਾਂ ਪਤਾ ਲੱਗਿਆ? ਇੱਥੋਂ ਮੈਸੇਜ ਹੀ ਗਿਆ ਜੀ, ਇੱਥੋਂ ਇਹਨਾਂ ਫੋਟੋਆਂ ਪਾਈਆਂ ਸੀਗੀਆਂ ਜੀ, ਫੋਟੋਆਂ ਤੋਂ ਫਿਰ ਤਾਲਮੇਲ ਹੋਇਆ ਜੀ। ਡੈੱਡ ਬੋਡੀ ਤਾਂ ਇੱਥੇ ਕਹਿੰਦੇ ਜੀ, ਆਪਣਾ ਸ਼ਿਵਲਾ ਹਸਪਤਾਲ 'ਚ। ਕੀ ਕੰਮ ਕਰਦਾ ਸੀ ਅਤੇ ਇਹ ਸੰਗਤ 'ਚ ਕਿੱਦਾਂ ਪੈ ਗਿਆ? ਸੰਗਤ 'ਚ ਵੇਖੋ ਜੀ, ਪਤਾ ਹੀ ਸਾਨੂੰ ਬਾਅਦ 'ਚ ਲੱਗਾ, ਜਦੋਂ ਕੰਮ ਹੀ ਵੱਧ ਗਿਆ ਜ਼ਿਆਦਾ, ਸਕੂਲ ਪੜ੍ਹਦੇ ਪੜ੍ਹਦੇ ਜੀ ਇਹ ਕੰਮ 'ਚ ਵਿਗੜ ਗਏ। ਕੰਮ ਕੁਛ ਵੀ ਨਹੀਂ, ਬਾਹਰ ਭੇਜਿਆ ਸੀਗਾ, ਬਾਹਰੋਂ ਫਿਰ ਆ ਗਿਆ ਸੀ। ਕਿੰਨੇ ਬੱਚੇ? ਬੱਚੇ ਦੋ ਆ ਜੀ, ਇੱਕ ਗੁੱਡੀ ਅਤੇ ਇੱਕ ਕਾਕਾ ਸੀ। ਸਰਕਾਰਾਂ ਨੂੰ ਇਹੋ ਚਾਹੁੰਦਾ ਵੀ ਸਾਡਾ ਤਾਂ ਅੱਗੇ ਉੱਜੜ ਗਿਆ ਘਰ, ਹੋਰਨਾਂ ਦੇ ਬਚਾ ਲਓ। ਸਾਡੀ ਤਾਂ ਇਹੋ ਬੇਨਤੀ ਆ, ਪਰ ਨਹੀਂ ਸੁਣਦੀ ਸਰਕਾਰ, ਕੋਈ ਨਹੀਂ ਸੁਣਦੀ। ਸਰਕਾਰਾਂ ਆਪ ਵਿਕਾਉਣ ਡਈਆਂ ਜੀ, ਸਭ ਆਪ ਹੀ ਵਿਕਾਉਣ ਡਈਆਂ ਜੀ। ਇਹਨਾਂ ਦਾ ਧੰਦਾ ਸਰਕਾਰਾਂ ਦਾ ਇਹੋ ਆ ਜੀ, ਇਹਨਾਂ ਨੂੰ ਸਰਕਾਰਾਂ ਨੂੰ ਆਮਦਨੀ ਇਹੋ ਆ ਜੀ, ਹੋਰ ਕੋਈ ਆਮਦਨੀ ਨਹੀਂ। ਇਹਨਾਂ ਨੂੰ ਇਹੋ ਵਿਕਾਉਣ ਡਈਆਂ, ਇਹਨਾਂ ਨੂੰ ਪਤਾ ਵੀ ਆ ਕਿਹੜੇ ਘਰ ਵਿਕਦਾ, ਕਿਹੜੀ ਗਲੀ ਵਿਕਣ ਡਿਆ, ਸਭ ਕੁਝ ਪਤਾ ਜੀ ਇਹਨਾਂ ਨੂੰ। ਜਾਣ ਬੁੱਝ ਕੇ ਨਹੀਂ ਕੋਈ ਕਾਰਵਾਈ ਪਾ ਰਹੇ। ਕਾਰਵਾਈ ਹੁਣ ਵੇਖੋ ਕੀ ਕਰਨੀ, ਇਹਨਾਂ ਕਾਰਵਾਈ ਕੀ ਕਰ ਸਕਦੇ ਆ। ਇਹ ਸਰ ਅਨਨੋਨ ਡੈੱਡ ਬੋਡੀ ਹੈਗੀ, ਕੱਲ੍ਹ ਐਫਰਟ ਕਰਕੇ ਇਹਦੇ ਪਰਿਵਾਰਕ ਮੈਂਬਰਾਂ ਤੱਕ ਪਹੁੰਚ ਹੋਈ, ਸਾਡੀ ਪਛਾਣ ਹੋ ਗਈ ਆ। ਅਤੇ ਘੁਮਾਣਾ ਦਾ ਨਵਜੋਤ ਸਿੰਘ ਨਾਂ ਦਾ ਵਿਅਕਤੀ, 22 ਸਾਲ ਇਹਦੀ ਉਮਰ ਹੈ, ਅਤੇ ਨਵਜੋਤ ਸਿੰਘ ਸਨ ਆਫ ਕੇਵਲ ਸਿੰਘ ਵਾਸੀ ਘੁਮਾਣ ਹੈ। ਕਿੰਨੇ ਵਜੇ ਮਿਲੀ ਗੱਲ? ਇਹ ਸਾਨੂੰ ਕਰੀਬ 5:30 ਵਜੇ ਮਿਲੀ ਹੈ ਜੀ, ਜੋ ਆਪਾਂ ਮੋਰਚਰੀ 'ਚ ਰਖਾ ਦਿੱਤੀ ਸੀਗੀ 72 ਘੰਟੇ ਵਾਸਤੇ। ਅਨਨੋਨ ਮਿਲੀ, ਇਹ ਮਿਲੀ ਸੀਗੀ ਪੁਲਿਸ ਲਾਈਨ ਰੋਡ ਪੀਰ ਬਾਬਾ ਦੀ ਮਜ਼ਾਰ ਦੀ ਜਗ੍ਹਾ ਤੋਂ ਮਿਲੀ। ਕੀ ਤਰ ਸਾਹਮਣੇ ਬੋਡੀ 'ਤੇ ਕੋਈ ਜ਼ਖਮ ਵਗੈਰਾ ਤਾਂ ਨਹੀਂ ਆ, ਹੁਣ ਪਤਾ ਨਹੀਂ, ਪੋਸਟਮਾਰਟਮ ਤੋਂ ਬਾਅਦ 'ਚ ਪਤਾ ਲੱਗੇਗਾ ਜੀ। ਪਰਿਵਾਰਕ ਮੈਂਬਰ ਕੀ ਕਹਿ ਰਹੇ? ਪਰਿਵਾਰਕ ਮੈਂਬਰ ਇਹੀ ਕਹਿ ਰਿਹਾ ਜੀ ਵੀ ਆਇਆ ਸੀ ਜਾਂ ਦੱਸ ਕੇ ਵੀ ਮੈਂ ਬਟਾਲੇ ਚੱਲਿਆ ਅਤੇ ਸ਼ਾਮਾਂ ਨੂੰ ਆ ਜਾਣਾ। ਨਹੀਂ ਜੀ, ਇਹੋ ਜਿਹੀ ਗੱਲ ਅਜੇ ਤੱਕ ਕੋਈ ਸਾਹਮਣੇ ਨਹੀਂ ਆਈ, ਫਿਰ ਵੀ ਜੋ ਡਾਕਟਰ ਦੀ ਰਿਪੋਰਟ ਚਾਹੀਦੀ ਉਹਦੇ ਮੁਤਾਬਕ। ਕੀ ਤੁਸੀਂ ਪਰੇਸ਼ਾਨ ਹੋ? ਅੱਜ ਹੀ ਸੰਪਰਕ ਕਰੋ ਗੁਰੂ ਮਸਤਾਨ ਜੀ, ਪਤਾ ਪੰਜਾਬ 9876-57-686। ਮੋਣੀ ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਪਰੇਸ਼ਾਨੀ ਜਿਵੇਂ ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਪਿਆਰ 'ਚ ਧੋਖਾ, ਹੋਇਆ ਪਿਆਰ ਵਾਪਸ ਪਾਉਣਾ, ਕਰਜ਼ਾ ਮੁਕਤੀ, ਤਲਾਕ ਕੇਸ, ਵਿਦੇਸ਼ ਯਾਤਰਾ ਜਾਂ ਪਿਆਰ 'ਚ ਰੁਕਾਵਟ, ਲਾਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋ ਮੈਕਸ। ਪਿਆਰ ਵਿੱਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ, ਇੱਕ ਵਾਰ ਜ਼ਰੂਰ ਸੰਪਰਕ ਕਰੋ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ। ਗੁਰੂ ਮਸਤਾਨ ਜੀ, 9876-57-686।